ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਇੰਜੀਨੀਅਰ ਮਨਵਿੰਦਰ ਸਿੰਘ ਖਿਆਸਪੁਰਾ ਦੇ ਹੱਕ ਵਿੱਚ ਪਿੰਡ ਲਟੌਰ ਵਿਖੇ ਬਲਵਿੰਦਰ ਸਿੰਘ ਬੈਂਸ ਅਤੇ ਐਡਵੋਕੇਟ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਬੈਂਸ ਨੇ ਬੋਲਦਿਆਂ ਕਿਹਾ ਕਿ ਵਿਛੜ ਚੁੱਕੇ ਸਿੱਖ ਭਰਾਵਾਂ ਨੂੰ ਇਨਸਾਫ਼ ਦਿਵਾਉਣ ਦੇ ਮਕਸਦ ਨੂੰ ਪੂਰਾ ਕਰਨ ਲਈ ਅਤੇ ਦੇਸ਼ ਵਿੱਚੋਂ ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਇੱਕ ਪੜ੍ਹੇ ਲਿਖੇ ਗੁਰਸਿੱਖ ਉਮੀਦਵਾਰ ਮਨਵਿੰਦਰ ਸਿੰਘ ਖਿਆਸਪੁਰ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਉਣ। ਬੈਂਸ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਇੱਕੋ ਸਿੱਕੇ ਦੇ ਦੋ ਪਾਸੇ ਹਨ ਅਤੇ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਵਾਰੋ ਵਾਰੀ ਰਾਜ ਕਰਨ ਦੀ ਸਾਜਿਸ਼ ਰਚੀ ਹੋਈ ਹੈ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਰਗਾੜੀ ਮੋਰਚੇ ਵਿੱਚ ਵੀ ਸਿੱਖਾਂ ਨਾਲ ਧੋਖਾ ਕੀਤਾ ਗਿਆ ਹੈ। ਬੈਂਸ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਚੁੱਕ ਕੇ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਾਂਗੇ, ਜੋ ਕਿ ਨਹੀਂ ਹੋ ਸਕਿਆ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਅਕਾਲੀ ਦਲ ਪਾਰਟੀ ਦਾ ਨਾਮ ਸਾਹਮਣੇ ਆ ਗਿਆ। ਇਹਨਾਂ ਦੋਨੋਂ ਪਾਰਟੀਆਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਇਸ ਕਰਕੇ ਲੋਕ ਹੁਣ ਇਹਨਾਂ ਬੇਅਦਬੀਆਂ ਦਾ ਲੇਖਾ ਜੋਖਾ ਲੈਣਗੇ। ਏਜੰਡਾ ਤਾਂ ਅਸਲ 'ਚ ਇਹ ਆ ਵੀ ਰਾਜਨੀਤੀ 'ਚ ਸੱਚ ਆਏ। ਜੇ ਸੱਚ ਆ ਜਾਏ, ਅੱਜ ਆਪਾਂ ਕਈ ਲੋਕ ਮਿਸਾਲ ਦਿੰਦੇ ਆ ਰਾਮ ਰਾਜ ਦੀ, ਕਿਉਂ ਮਿਸਾਲ ਦਿੰਦੇ? ਕਿਉਂਕਿ ਸੱਚ ਸੀ। ਬਹੁਤੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਿਸਾਲ ਦਿੰਦੇ ਹੈ। ਉਹ ਮਿਸਾਲ ਕਿਉਂ ਦਿੰਦੇ ਹੈ? ਕਿਉਂਕਿ ਰਾਜੇ ਸੱਚੇ ਸੀ, ਅਤੇ ਜਦੋਂ ਰਾਜਾ ਸੱਚਾ ਹੋਏ ਨਾ, ਫਿਰ ਆ ਜਿਹੜੀ ਹਲਚਲ ਆ ਆ ਮੁੱਕ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ 'ਤੇ ਵੀ ਉਹ ਜਿਹੜੀ ਹਲਚਲ ਹੈ, ਬੇਭਰੋਸਗੀ ਹੈ, ਜਿਹੜੀ ਪੰਜਾਬੀਆਂ ਨੂੰ ਪੰਜਾਬੀ ਭਰੋਸਾ ਲੱਭਦੇ ਫਿਰਦੇ ਆ ਵੀ ਕਿਤੋਂ ਸਾਨੂੰ 2% ਦਾ ਭਰੋਸਾ ਮਿਲ ਜੇ, ਕੋਈ ਭਰੋਸੇਯੋਗ ਲੀਡਰ ਮਿਲ ਜੇ, ਕੋਈ ਭਰੋਸੇਯੋਗ ਸਰਕਾਰ ਮਿਲ ਜੇ। ਪਰ 70 ਸਾਲਾਂ 'ਚ ਪੰਜਾਬ 'ਚ ਕੋਈ ਐਸੀ ਸਥਿਤੀ ਨਹੀਂ ਆਈ ਜਿੱਥੇ ਪੰਜਾਬੀ ਇਹ ਖੜ੍ਹੇ ਹੋ ਕੇ ਇਹ ਕਹਿ ਸਕਣ ਕਿ ਅਸੀਂ ਭਰੋਸੇਯੋਗਤਾ 'ਤੇ ਸਾਡੇ ਮਨ 'ਚ ਭਰੋਸਾ। ਦੇਖੋ ਜੀ, ਸਾਡੇ ਜਿਹੜੀ ਪਾਰਟੀ ਦੇ ਏਜੰਡੇ ਦੇ ਬਾਰੇ ਸਾਡੀ ਪਾਰਟੀ ਦੇ ਸਰਪ੍ਰਸਤ ਸਰਦਾਰ ਬਲਵਿੰਦਰ ਸਿੰਘ ਬੈਂਸ ਜੀ ਨੇ ਤੁਹਾਡੇ ਨਾਲ ਸਾਂਝਾ ਪਾਈ ਲਈਆਂ ਨੇ, ਪਰ ਸਾਡੇ ਜਿਹੜੇ ਮੇਨ ਮੁੱਦੇ ਨੇ, ਜਿਹੜੀ ਸਾਡੀ ਗੱਲ ਹੈਗੀ ਆ ਕਿ ਵਧੀਆ ਸਿੱਖਿਆ, ਵਧੀਆ ਸਿਹਤ, ਮਿਆਰੀ ਸਿਹਤ, ਸਾਰਿਆਂ ਨੂੰ ਰੁਜ਼ਗਾਰ ਅਤੇ ਸਾਰਿਆਂ ਨੂੰ ਇੱਕੋ ਜਿਹਾ ਨਿਆਂ, ਇਹ ਸਾਡੀ ਜਿਹੜੀ ਪਾਰਟੀ ਦਾ ਮੁੱਖ ਮਨੋਰਥ ਅਤੇ ਮੁੱਖ ਏਜੰਡੇ ਨੇ। ਦੇਖੋ ਜੀ, 300 ਪਿੰਡ ਅਸੀਂ ਕਵਰ ਕਰ ਚੁੱਕੇ ਹਾਂ 9 ਹਲਕਿਆਂ ਦੇ। ਲੋਕ ਆਪ ਮੁਹਾਰੇ ਆ ਰਹੇ ਨੇ, ਕਿਸੇ ਨੂੰ ਕੋਈ ਸਪੈਸ਼ਲ ਗੱਡੀਆਂ 'ਤੇ ਨਹੀਂ ਬੁਲਾਇਆ ਜਾ ਰਿਹਾ, ਔਰ ਲੋਕ ਆਪ ਮੁਹਾਰੇ ਬਿਲਕੁਲ ਇੱਕ ਜਿਵੇਂ ਲੱਗਦਾ ਨਾ ਲੋਕਾਂ ਨੂੰ ਵਿਆਹ ਵਰਗਾ ਚਾਅ ਵਾ, ਲੋਕ ਆਪ ਸੁਣਨ ਆਉਂਦੇ ਨੇ ਅਤੇ ਔਰ ਆਪ ਮੁਹਾਰਾ ਸਾਰਾ ਇਕੱਠ ਹੋ ਰਿਹਾ। ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੀ, ਕੈਂਡੀਡੇਟ ਦੀ ਕਾਰਗੁਜ਼ਾਰੀ ਦੇਖ ਕੇ, ਉਹਦੀ ਕੁਆਲੀਫਿਕੇਸ਼ਨ ਦੇਖ ਕੇ, ਉਸਦੇ ਪਿਛਲੇ ਕੀਤੇ ਹੋਏ ਕਾਰਜਾਂ ਨੂੰ ਦੇਖ ਕੇ, ਭਵਿੱਖੀ ਯੋਜਨਾਵਾਂ ਨੂੰ ਦੇਖ ਕੇ ਅਤੇ ਪਾਰਟੀ ਦੇ ਵਕਾਰ ਨੂੰ ਦੇਖ ਕੇ ਵੋਟਾਂ ਪਾਓ। ਵੋਟ ਤੁਹਾਡੀ ਬੜੀ ਕੀਮਤੀ ਹੈ, ਇਹਨੂੰ ਵੋਟ ਨੂੰ ਵੇਚੋ ਨਾ, ਵੇਟ ਨੂੰ ਆਪਣੇ ਵਿਵੇਕ ਦੇ ਨਾਲ ਵੋਟਾਂ ਪਾਓ। ਦੇਖੋ, ਮੈਂ ਸਾਰੀ ਸੰਗਤ ਨੂੰ ਫਤਿਹਗੜ੍ਹ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਐਸਾ ਕੈਂਡੀਡੇਟ ਸਾਨੂੰ ਇਮਾਨਦਾਰ ਔਰ ਜਿਹਨੇ ਕੁਰਬਾਨੀ ਕੀਤੀ ਹੈ, ਐਸਾ ਕੈਂਡੀਡੇਟ ਸਾਡੀ ਪਾਰਟੀ ਨੇ ਦਿਆ। ਡੈਮੋਕ੍ਰੈਟਿਕ ਅਲਾਇੰਸ ਦੇ ਕੈਂਡੀਡੇਟ ਨੇ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਅਸੀਂ ਸਾਰੇ ਇੱਕ ਇੱਕ ਵੋਟ ਇਹਨਾਂ ਨੂੰ ਪਾਈਏ ਅਤੇ ਇੱਕ ਇਮਾਨਦਾਰ ਜਿਹੜੀ ਪੰਜਾਬ ਦੇ ਵਿੱਚ ਰਾਜਨੀਤਿਕ ਲਈਏ, ਇਹੀ ਮੇਰੀ ਸਭ ਬੇਨਤੀ ਹੈ। ਅਗਰ ਇਮਾਨਦਾਰੀ ਰਾਜਨੀਤਿਕ ਆਊਗੀ ਤਾਂ ਸਾਰੇ ਜਿਹੜੇ ਸਾਡੇ ਮਸਲੇ ਹੱਲ ਹੋਣਗੇ। ਅਤੇ ਅੱਜ ਦਾ ਜਿਹੜਾ ਲਟੌਰ ਪ੍ਰੋਗਰਾਮ ਆ, ਅਤੇ ਇਹ 7 ਪਾਰਟੀਆਂ ਦੇ ਮਤਲਬ ਸਾਡੇ ਇੱਥੇ ਲੀਡਰ ਆਏ ਸੀ। ਮੈਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫਤਿਹਗੜ੍ਹ ਵੱਲੋਂ ਆਪਣੇ ਬਹੁਜਨ ਸਮਾਜ ਪਾਰਟੀ ਵਰਕਰਾਂ ਨੂੰ ਅਪੀਲ ਕਰਦਾ ਕਿ ਆਪਾਂ ਲੈਟਰ ਬਾਕਸ 'ਤੇ ਵੋਟਾਂ ਪਾ ਕੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰ ਨੂੰ ਜਿਤਾ ਕੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਭੇਜੀਏ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਧਵਾਣਾ ਦੀ ਰਿਪੋਰਟ।